गुड मॉर्निंग मेरे प्यारे बच्चों, प्यारे बच्चों आज दिन है बुधवार मीनस वेडनसडे -E -E डब्ल्यू ई डी एन ई एस डी दे, ए वाई वैडनस आज डेट है 8 सितंबर दो हज़ार इक्की का विचार है मीनस थॉट ऑफ द डे है मेहनत सफलता की बुनियादी कुंजी है प्यारे बच्चों इसका मतलब है कि जेकर ਅਸੀਂ ਮਿਹਨਤ ਕਰਾਂਗੇ ਤਾਂ ਹੀ ਸਾਨੂੰ ਸਫਲਤਾ ਮਿਲੇਗੀ ਜਿਸ ਤਰ੍ਹਾਂ ਕਿ ਸਾਡਾ ਨੈਸ ਦਾ ਪੇਪਰ ਜਿਹੜਾ ਕਿ 12 ਨਵੰਬਰ ਨੂੰ ਹੋਣਾ ਹੈ ਉਸ ਦੀ ਤਿਆਰੀ ਅਸੀਂ ਅੱਜ ਤੋਂ ਹੀ ਸ਼ੁਰੂ ਕਰਾਂਗੇ ਤੇ ਸਾਡਾ ਨੈਸ ਦਾ ਪੇਪਰ ਬਹੁਤ ਵਧੀਆ ਹੋ ਸਕਦਾ ਹੈ ਹੈਨਾ ਮਿਹਨਤ ਕਰਾਂਗੇ ਤਾਂ ਹੀ ਸਾਨੂੰ ਨੈਸ ਵਿੱਚ ਸਫਲਤਾ ਮਿਲੇਗੀ ਠੀਕ ਹੈ ਹੁਣ ਅਸੀਂ ਕਰਾਂਗੇ ਗਿਆਨ ਵਿਗਿਆਨ ਦੇ ਕੁਝ ਪ੍ਰਸ਼ਨ ਪ੍ਰਸ਼ਨ ਨੰਬਰ 1 ਹੈ ਅੰਤਰਰਾਸ਼ਟਰੀ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ ਉੱਤਰ ਹੈ ਅੰਤਰਰਾਸ਼ਟਰੀ ਅਧਿਆਪਕ ਦਿਵਸ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਪ੍ਰਸ਼ਨ ਨੰਬਰ 2 ਤੁਹਾਡੀ ਤਹਿਸੀਲ ਦਾ ਕੀ ਨਾਮ ਹੈ ਪਿਆਰੇ ਬੱਚੋ ਤੁਹਾਡੀ ਤਹਿਸੀਲ ਦਾ ਕੀ ਨਾਮ ਹੈ ਤੁਹਾਡੀ ਤਹਿਸੀਲ ਦਾ ਨਾਮ ਹੈ ਪਠਾਨਕੋਟ ਪ੍ਰਸ਼ਨ ਨੰਬਰ 3 ਹੈ 1 ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ਉੱਤਰ ਹੈ 1 ਸਾਲ ਵਿੱਚ 365 ਜਾਂ 366 ਦਿਨ ਹੁੰਦੇ ਹਨ ਪ੍ਰਸ਼ਨ ਨੰਬਰ 4 ਹੈ ਰੇਖਾਖੰਡ ਦੇ ਕਿੰਨੇ ਅੰਤਿਮ ਬਿੰਦੂ ਹੁੰਦੇ ਹਨ ਉੱਤਰ ਹੈ ਰੇਖਾਖੰਡ ਦੇ ਦੋ ਅੰਤਿਮ ਬਿੰਦੂ ਹੁੰਦੇ ਹਨ ਪ੍ਰਸ਼ਨ ਨੰਬਰ 5 ਭਾਰਤ ਦੀ ਰਾਸ਼ਟਰੀ ਫਲ ਕਿਹੜਾ ਹੈ ਪਰ ਉੱਤਰ ਹੈ ਭਾਰਤ ਦਾ ਰਾਸ਼ਟਰੀ ਫਲ ਅੰਬ ਹੈ ਹੁਣ ਅਸੀਂ ਕਰਾਂਗੇ ਆਓ ਬੁਝਿਏ ਧਿਆਨ ਨਾਲ ਸੁਣੀਏ ਬੱਚੇ ਮਿੱਟੀ ਦਾ ਇੱਕ ਘਰ ਬਨਾਇਆ ਲੋਹੇ ਦੀ ਛੱਤ ਪਾਈ ਸਵੇਰੇ ਸ਼ਾਮ ਉਸ ਘਰ ਵਿੱਚ ਆਪੇ ਹੀ ਅੱਗ ਲਾਈ ਫਿਰ ਤੋਂ ਰਿਪੀਟ ਕਰਾਂਗੇ ਮਿੱਟੀ ਦਾ ਇੱਕ ਘਰ ਬਨਾਇਆ ਲੋਹੇ ਦੀ ਛੱਤ ਪਾਈ ਸਵੇਰੇ ਸ਼ਾਮ ਉਸ ਘਰ ਵਿੱਚ ਆਪੇ ਹੀ ਅੱਗ ਲਾਈ ਉੱਤਰ ਹੈ चुल्ला अते तवा हूँ है वर्ड फॉर प्रैक्टिस वर्ड नंबर एक है कॉफ़ी सी ओ डबल एफ डबल ई कॉफी वर्ड नंबर दो है टॉफ़ी टी ओ डबल एफ डबल ई टॉफ़ी वर्ड नंबर तीन स्टफ़ एस टी यू डबल एफ स्टफ वर्ड नंबर चार ट्रैफिक टी आर ए डबल एफ आई सी ट्रैफिक वर्ड नंबर पांच स्टिफ एस टी आई डबल एफ स्टिफ प्यारे बच्चों सी वर्ड फॉर प्रैक्टिस के पांच वर्ड कॉमन है डबल एफ उम्मीद करती हाँ तो स्लाइड समझ आई है धन्यवाद